ਬੇਸ਼ੱਕ ਇਸ ਵਕਤ ਦੀ ਗੱਲ ਕਰੀਏ ਤਾਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨ ਜੋਨੇ ਉਹ ਇਸ ਵਕਤ ਉਮੀਦ ਵਿੱਚ ਨੇ ਕਿ ਸ਼ਾਇਦ ਇਸ ਵਾਰ ਫਸਲ ਚੰਗੀ ਹੋਵੇ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਕਰਜ਼ੇ ਵਰਗੇ ਵੱਡੀ ਮਾਰ ਤੋਂ ਬਚਾ ਜਾ ਸਕੇ ਪਰ ਅੱਜ ਤੁਹਾਨੂੰ ਇੱਕ ਇਹੀ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਵੇਖ ਕੇ ਤੁਸੀਂ ਸਵਾਲ ਜ਼ਰੂਰ ਚੱਕੋਗੇ ਅਤੇ ਜਵਾਬ ਪਾਉਣ ਦੀ ਕੋਸ਼ਿਸ਼ ਵੀ ਕਰੂੰਗੇ ਕਿ आखिरकार ਇਸ ਸਵਾਲ ਦਾ ਜ਼ਿੰਮੇਦਾਰ ਕੌਣ ਹੈ ਇਸ ਵਕਤ ਅਸੀਂ ਫਰੀਦਕੋਟ ਦੇ ਪਿੰਡ ਬੇਗੂ ਵਾਲਾ ਵਿੱਚ ਮੌਜੂਦ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਤਸਵੀਰ ਦਿਖਾਣੇ ਆ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਚੋਨਾ ਪੀਆਰ 114 ਇੱਥੇ ਲਗਾਇਆ ਗਿਆ ਸੀਗਾ ਅਤੇ 20 ਇਹਨਾਂ ਨੂੰ ਖੇਤੀ ਵਿਗਿਆਨ ਕੇਂਦਰ ਵਿੱਚੋਂ ਇਹਨਾਂ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਉੱਥੋਂ ਇਹਨਾਂ ਨੂੰ ਇਹ ਬੀ ਮਿਲੇ ਸੀ ਉੱਥੋਂ ਇਹਨਾਂ ਨੇ ਵੱਧ ਰੇਟ ਤੇ ਵੀ ਇਹ ਬੀ ਉਹਨਾਂ ਨੂੰ ਖਰੀਦਣਾ ਪਿਆ ਸੀ ਤਾਂ ਕਿ ਇੱਕ ਯਕੀਨ ਹੋ ਸਕੇ ਕਿ ਉਹਨਾਂ ਨੂੰ ਜੋ ਵੀ ਦਿੱਤਾ ਜਾ ਰਿਹਾ ਹੈ ਉਹ ਬਿਲਕੁਲ ਹੀ ਸਹੀ ਅਤੇ ਵਾਜਿਬ ਦਿੱਤਾ ਜਾ ਰਿਹਾ ਹੈ ਪਰ ਹਾਲਾਤ ਬਦਲੇ ਅਤੇ ਜਿਵੇਂ ਜਿਵੇਂ ਝੋਨੇ ਦਾ ਸੀਜ਼ਨ ਨੇੜੇ ਆਉਂਦਾ ਗਿਆ ਓਵੇਂ ਓਵੇਂ ਹਾਲਾਤ ਹੀ ਬਦਲੇ ਕਿ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਥਾਂ ਤਾਂ ਬਰਾਬਰ ਮਿਲੇਗਾ ਵਿੱਚੇ ਵਿੱਚ ਤੁਹਾਨੂੰ ਵੱਡੇ ਬੂਟੇ ਮਿਲਣਗੇ ਅਤੇ ਨਾਲ ਦੇ ਨਾਲ ਕੁਝ ਝੋਨਾ ਇਹੋ ਜਿਹਾ ਜੋ ਕਿ ਇਸ ਵਕਤ ਥੱਲੇ ਡਿੱਗ ਚੁੱਕਿਆ ਪੱਕ ਕੇ ਇਸ ਜ਼ਮੀਨ ਦੇ ਉੱਤੇ ਉਹ ਡਿੱਗ ਚੁੱਕਿਆ ਅਤੇ ਯਾਨੀ ਕਿ ਪੀਆਰ 114 ਦੇ ਨਾਂ ਤੇ ਇਹਨਾਂ ਨੂੰ ਜੋ 20 ਮਿਲਿਆ ਸੀ ਉਹ ਦੋ ਤਿੰਨ ਕਿਸਮਾਂ ਦਾ ਮਿਕਸ ਬੀ ਸੀਗਾ ਜਿਨ੍ਹਾਂ ਦੇ ਵਿੱਚ ਜੰਗਲੀ ਬੀਬੀਓ ਨੂੰ ਕਹਿ ਸਕਦੇ ਆ ਅਤੇ ਦੂਜੇ ਪਾਸੇ ਕਿਸਾਨ ਦੀ ਗੱਲ ਕਰੀਏ ਤਾਂ ਵੱਡਾ ਲੱਖਾਂ ਰੁਪਏ ਦਾ ਘਾਟਾ ਉਹਨਾਂ ਨੂੰ ਨੁਕਸਾਨ ਜਿਹੜਾ ਹੈਗਾ ਇਸ ਵਾਰ ਚੱਲਣਾ ਪਵੇਗਾ ਕਿਉਂਕਿ ਫਸਲ ਜਿਹੜੀ ਉਹਨਾਂ ਨੇ ਉਗਾਈ ਸੀ ਕਰੀਬ-ਕਰੀਬ 8 ਏਕੜ ਵਿੱਚ ਇਹ ਜਿਹੜਾ ਹੈ ਇਹ ਬੀ ਇਸਤੇਮਾਲ ਕੀਤਾ ਗਿਆ ਸੀਗਾ ਬਾਈ ਜੀ ਤੁਹਾਡਾ ਨਾਮ ਕੀ ਹੈ ਸੁਰਿੰਦਰ ਕੁਮਾਰ ਜੀ ਸੁਰਿੰਦਰ ਜੀ ਸਭ ਤੋਂ ਪਹਿਲੇ ਜਾਨਣਾ ਚਾਹਵਾਂਗੇ ਜਦੋਂ ਬੀ ਖਰੀਦਿਆ ਕਿੱਥੋਂ ਬੀ ਖਰੀਦਿਆ ਕਿਹੜਾ ਬੀ ਖਰੀਦਿਆ ਅਤੇ ਕੀ ਕੰਡੀਸ਼ਨ ਸੀਗੀ ਉਸ ਵਕਤ ਅਸੀਂ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਤੋਂ ਪੀਆਰ 114 ਚੋਨੇ ਦਾ ਬੀਜ ਖਰੀਦਿਆ ਸੀ ਜੀ ਤੇ ਉਹਦੇ ਵਿੱਚ ਤਿੰਨ ਤਰ੍ਹਾਂ ਦਾ ਬੀਜ ਰਲਿਆ ਹੁਣ ਸਾਨੂੰ ਪਤਾ ਲੱਗਿਆ ਪਹਿਲਾਂ ਨਹੀਂ ਪਤਾ ਲੱਗਦਾ ਸੀ ਬੀਜ ਦੇ ਵਿੱਚ ਅਸੀਂ ਵਿਸ਼ਵਾਸ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਐਨਾ ਸੀ ਸਾਨੂੰ ਵੀ ਇਹਨਾਂ ਦੇ ਬੀਜ ਦੇ ਵਿੱਚ ਕਦੇ ਵੀ ਰਲਣਾ ਨਹੀਂ ਹੋਊਗਾ ਕਿਉਂਕਿ ਬੀ ਦਾ ਰੇਟ ਵੀ ਦੂਜੇ ਪ੍ਰਾਈਵੇਟ ਏਜੰਸੀਆਂ ਨਾਲੋਂ ਵੱਧ ਹੁੰਦਾ ਇਹਨਾਂ ਦਾ ਤੇ ਭਰੋਸਾ ਹੁੰਦਾ ਇੱਕ ਕਿਸਮ ਦਾ ਸਰਕਾਰੀ ਮਹਿਕਮੇ ਤੇ ਵੀ ਇਹ ਬੀ ਅਸਲ ਬੀ ਸਾਨੂੰ ਸਹੀ ਮਿਲੂਗਾ ਇੱਥੋਂ ਤੇ ਉਹਦੇ ਵਿੱਚ ਤਿੰਨ ਤਰ੍ਹਾਂ ਦਾ ਬੀਰ ਅਲਿਆ ਆਇਆ ਜੀ ਇੱਕ ਤਾਂ ਝੋਨਾ ਪੱਕ ਕੇ ਬਿਲਕੁਲ ਜ਼ਮੀਨ ਤੇ ਵਿਛ ਪਿਆ ਜੀ ਇੱਕ ਝੋਨਾ 5-7 ਰੋਜ਼ ਦੇ ਵਿੱਚ ਪੱਕਣ ਵਾਲਾ ਤੇ ਇੱਕ ਝੋਨਾ ਆ ਜਾ ਵਿੱਚ ਜਿਹੜੇ ਵੱਡੇ ਬੂਟੇ ਤੁਹਾਨੂੰ ਉਪਰਾ ਦਿਖ ਰਹੇ ਆ ਇਹ ਝੋਨਾ 20 ਤੋਂ 25 ਦਿਨ ਦੇ ਅੰਦਰ ਬਾਅਰ ਪੱਕੂਗਾ ਜੇ ਅਸੀਂ 20 ਤੋਂ 25 ਦਿਨ ਵੇਟ ਕਰਦੇ ਆ ਉਹ ਝੋਨੇ ਦੀ ਵੀ ਚਲੋ ਉਹ ਪੱਕ ਜਾਊਗਾ ਫਿਰ ਫਿਰ ਕਟ ਫਿਰ ਕਟਾਈ ਕਰ ਲਾਂਗੇ ਉਦੋਂ ਨੂੰ ਜਿਹੜੀ ਸਾਡੀ ਅਸਲ ਵੈਰੈਟੀ ਹੈ ਉਹ ਪੱਕ ਕੇ ਉਹ ਵੀ ਜ਼ਮੀਨ ਤੇ ਡਿੱਗ ਜਾਣੀ ਹੈ ਹੁਣ ਜਿਹੜਾ ਇਹ ਚੁੰਨਾ ਇੱਥੇ ਲੱਗਿਆ ਹੋਇਆ ਹੈ ਇਸ ਵਿੱਚ ਫਰਕ ਦੀ ਗੱਲ ਕਰ ਰਹੇ ਨੇ ਫਰਕ ਕਿਸ ਤਰੀਕੇ ਨਾਲ ਸਮਝਾ ਸਕਦੇ ਹੋ ਤੁਹਾਨੂੰ ਡਿਟੇਲ ਵਿੱਚ ਮੜਾ ਜਾ ਆਹ ਦੇਖੋ ਜੀ ਆਹ ਇੱਕ ਮਿੰਟ ਆਹ ਸਾਡੀ ਅਸਲ ਵੈਰੈਟੀ ਜਿਹੜੀ ਅਸੀਂ ਲੈ ਕੇ ਆਂਦੀ ਹੈ ਤੇ ਆਹ ਜੀ ਜਿਹੜੀ ਵੈਰੈਟੀ ਵਿੱਚ ਮਿਕਸ ਹੈ ਤੁਸੀਂ ਆ ਦੇਖੋਗੇ ਨਾ ਆ ਬਿਲਕੁਲ ਝੋਨਾ ਉਨ ਪੱਕਿਆ ਹੋਇਆ ਕੀ ਫਰਕ ਹੈ 5-4 ਦਿਨਾਂ ਦੇ ਵਿੱਚ ਪੱਕਣ ਵਾਲਾ ਝੋਨਾ 5-4 ਦਿਨ ਲਊਗਾ ਝੋਨਾ ਸਹੀ ਝੋਨਾ ਹੁੰਦਾ ਕੱਲੀ ਆ ਮਿਕਸਰਾਂ ਦੀ ਸਾਡਾ 5 ਦਿਨਾਂ ਨੂੰ ਝੋਨਾ ਕੱਟਿਆ ਜਾਣਾ ਸੀ ਠੀਕ ਹੈ ਆ ਹੁਣ ਜਿਹੜੀ ਆ ਵੈਰੈਟੀ ਆ ਬਿਲਕੁਲ ਹਰਾ ਦਾਣੀ ਆ ਦੇਖੋ ਇਹ ਹੁਣੇ ਤੇ ਇਹ ਅਜੇ ਝੋਨਾ 20 ਤੋਂ 25 ਦਿਨ ਨਹੀਂ ਕੱਟਿਆ ਜਾਂਦਾ 20-25 ਦਿਨ ਅਸੀਂ ਇਹਦੀ ਵੇਟ ਕਰਾਂਗੇ ਸਾਡੇ ਆ ਝੋਨਾ ਹੱਥ ਨਹੀਂ ਆਉਣਾ ਇਹਦੀ ਅਸੀਂ ਜੇ ਆ ਪੱਕਣ ਤੇ ਸੀ ਇਹਨੂੰ ਕੱਟਦੇ ਹਾਂ ਹਰਾ ਦਾਣਾ ਇੰਨਾ ਮਿਕਸ ਹੋ ਜਾਣਾ ਕਿ ਮੰਡੀ ਦੇ ਵਿੱਚ ਇਹਨੂੰ ਲੈਣ ਵਾਲਾ ਕੋਈ ਨਹੀਂ ਹੋਣਾ ਹਾਲ ਮੰਡੀਆਂ ਦੇ ਵਿੱਚ ਤੁਹਾਨੂੰ ਪਹਿਲਾਂ ਹੀ ਪਤਾ ਵੀ ਕੀ ਆ ਸਹੀ ਚੋਨੇ ਪੱਕੇ ਚੋਨੇ ਨੂੰ ਵੀ ਉੱਥੇ ਕਹਿ ਦਿੰਦੇ ਆ ਵੀ ਇਹ ਸਹੀ ਨਹੀਂ ਇਹਦਾ ਰੇਟ ਘੱਟ ਲੱਗੂਗਾ ਐ ਹੋਊਗਾ ਉਹ ਇਹਦਾ ਹਰ ਵਾਰ ਹਰ ਵਾਰ ਹੁੰਦਾ ਨਾ ਕਿ ਦੱਸ ਦਿੰਦੇ ਨੇ ਕਿ ਕਿ ਨਮੀ ਕਿੰਨੀ ਖੈਗੀ ਨਮੀ ਵੱਧ ਆ ਜਾਂਦੀ ਹੈ ਤਾਂ ਉਹਦੇ ਕਰਕੇ ਬੈਠੇ ਰਹਿੰਦੇ ਹੋ ਪਰ ਤੁਹਾਡੇ ਕੋਲ ਤਾਂ ਇਹ ਜਿਹੜਾ ਵੀ ਹੈਗਾ ਇਹਦਾ ਵੀ ਤੁਸੀਂ ਜਦੋਂ ਮਸ਼ੀਨ ਚ ਪਾਉਣਗੇ ਇਹਦੀ ਨਮੀ ਕਿਸ ਤਰ੍ਹਾਂ ਪੂਰੀ ਹੋਊਗੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਰਾ ਜਾਊਗਾ ਇਹ ਜਦੋਂ ਜੇ ਅਸੀਂ ਇਹਨੂੰ ਪੱਕਣ ਦੀ ਵੇਟ ਕਰਦੇ ਆ ਖਤਮ ਹੋਊਗਾ ਪਰ ਸਾਨੂੰ ਕੱਟਣਾ ਪਊਗਾ ਤੇ ਇਹ ਮੰਡੀ ਦੇ ਵਿੱਚ ਬਿਲਕੁਲ ਇਹਦਾ ਜਦੋਂ ਕੱਢਾਂਗੇ ਮਤਲਬ ਮਸ਼ੀਨ ਚ ਪਾਉਂਦੇ ਉਹਨਾਂ ਕੋਲੇ ਮਸ਼ੀਨ ਜੀ ਹੁੰਦੀ ਉਹਦੇ ਚ ਪਾ ਕੇ ਮੋਇਸਚਰ ਵੇਂਦੇ ਆ ਮੋਇਸਚਰ ਇਹਦਾ ਕਿਸੇ ਤਰੀਕੇ ਸਹੀ ਆ ਹੀ ਨਹੀਂ ਸਕਦਾ ਤੇ ਮੰਡੀ ਦੇ ਵਿੱਚ ਇਹ ਘੱਟ ਰੇਟ ਤੇ ਵੇਖੂਗਾ ਨਿਕਲੂ ਵੀ ਘੱਟ ਇਹਦਾ ਜੋ ਝਾੜ ਆ ਅੱਗੇ ਸਾਡੇ 30 ਤੋਂ 31 ਕੁਇੰਟਲ ਚੋਂ ਨਾਲ ਨਿਕਲਦਾ ਹੈ ਇਹ ਤੇ ਇਹ ਮੈਨੂੰ ਲੱਗਦਾ ਹੈ ਕਿ ਦੇ 15 15 ਕੁਇੰਟਲ ਦੇ ਆਸ-ਪਾਸ ਸਾਡਾ ਝਾੜ ਆਊਗਾ ਇਹਦਾ ਜਦੋਂ ਜਦੋਂ ਇਹ ਵੀ ਬੀਜ ਸ਼ੁਰੂ ਹੋਇਆ ਜਦੋਂ ਸ਼ੁਰੂਆਤ ਹੋਈ ਹੈ ਕਿ ਉਸ ਦੌਰਾਨ ਨਹੀਂ ਪਤਾ ਲੱਗਿਆ ਸ਼ੁਰੂਆਤ ਵਿੱਚ ਕਿ ਵੀ ਹਾਂ ਵੀ ਸਾਡੇ ਨਾਲ ਕੋਈ ਗੜਬੜੀ ਹੋ ਗਈ ਹੈ ਸਾਨੂੰ ਗਲਤ ਵੀ ਆ ਗਿਆ ਸਹੀ ਤੁਹਾਨੂੰ ਅੰਦਾਜ਼ਾ ਕਦੋਂ ਲੱਗਿਆ ਕਿ ਹਾਂ ਵੀ ਇਹ ਬੀਜੜਾ ਇਹ ਖਰਾਬ ਆਇਆ ਪਹਿਲਾਂ ਜੀ ਇਹਦਾ ਕੋਈ ਵੀ ਦਾ ਪਤਾ ਨਹੀਂ ਲੱਗਿਆ ਵੀ ਝੋਨੇ ਲੱਗੇ ਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਕੋਈ ਬੂਟਾ ਥੱਲੇ ਵੀ ਹੋਵੇ ਤਾਂ ਵੀ ਨਹੀਂ ਪਤਾ ਲੱਗਦਾ ਕੋ ਉੱਪਰ ਹੋਵੇ ਤਾਂ ਵੀ ਨਹੀਂ ਪਤਾ ਲੱਗਦਾ ਇਹ ਜਦੋਂ ਝੋਨਾ ਨਿਸਰ ਗਿਆ ਪੱਕਣ ਲੱਗ ਪਿਆ ਝੋਨਾ ਉਦੋਂ ਝੋ ਹੋਇਆ ਵੀ ਕੋਈ ਬੂਟਾ ਵੱਡਾ ਹੈ ਕੋਈ ਛੋਟਾ ਹੈ ਕੋਈ ਪੱਕ ਗਿਆ ਕੋਈ ਅੱਧ ਪੱਕਿਆ ਹੁਣ ਝੋ ਹੋਇਆ ਹੈ ਅੱਜ ਤੋਂ ਹਫਤਾ 10 ਦਿਨ ਪਹਿਲਾਂ ਉਸੇ ਟਾਈਮ ਜਦੋਂ ਸਾਨੂੰ ਸ਼ੋਅ ਹੋਇਆ ਸੀ ਉਸੇ ਟਾਈਮ ਹੀ ਅਪਭਾਗਨਾ ਪਹਿਲਾਂ ਜ਼ੁਬਾਨੀ ਗੱਲ ਕੀਤੀ ਦੋ ਚਾਰ ਵਾਰ ਸਾਨੂੰ ਦੱਸਦੇ ਨੇ ਉਹਨਾਂ ਨੇ ਨਿਆਂ ਨਹੀਂ ਦਿੱਤਾ ਫਿਰ ਅਸੀਂ ਲਿਖਤੀ ਰੂਪ ਦੇ ਵਿੱਚ ਅਰਜੀ ਦਿੱਤੀ ਫਿਰ ਉਹਨਾਂ ਲਿਖਤੀ ਰੂਪ ਦੇ ਵਿੱਚ ਅਰਜੀ ਦੇਣ ਦੇ ਬਾਅਦ ਉਹਨਾਂ ਨੇ ਟੀਮ ਭੇਜੀ ਟੀਮ ਇਥੇ ਆਈ ਹੈ ਉਹਨਾਂ ਨੇ ਬੇਨਤੀ ਕੀਤੀ ਹੈ ਬੇਨਤੀ ਕਰਕੇ ਉਹਨਾਂ ਨੇ ਦੇਖਿਆ ਵੀ ਇੱਕ ਮਰਲੇ ਦੇ ਵਿੱਚ ਆਸਤ ਬੂਟੇ ਕਿੰਨੇ ਹਨ ਉਹਨਾਂ ਨੇ ਰਿਪੋਰਟ ਬਣਾ ਕੇ گاਉਂ ਦੇ ਅਫਸਰਾਂ ਨੂੰ ਦੇਤੀ ਆਪਾਂ ਨੂੰ ਨਹੀਂ ਪਤਾ ਵੀ ਰਿਪੋਰਟ 'ਚ ਉਹਨਾਂ ਨੇ ਕੀ ਲਿਖਿਆ ਇੱਥੇ ਮੈਨੂੰ ਇੰਨਾ ਪਤਾ ਵੀ ਇੱਕ ਮਰਲੇ ਦੇ ਵਿੱਚ ਉਹਨਾਂ ਨੇ ਥਾਂ ਬਣਾਇਆ ਸੀ ਇੱਕ ਮਰਲੇ ਦੇ ਵਿੱਚ ਇਤੇ 35 ਬੂਟੇ ਉਹਨਾਂ ਨੇ ਅੰਦਾਜ਼ਨ ਆਪ ਗਿਣਤੀ ਕੀਤੀ ਸੀ ਵੀ ਇੱਕ ਮਰਲੇ 'ਚ 35 ਬੂਟੇ ਅਸਲ ਵੈਰੈਟੀ ਤੋਂ ਬਣਾ ਉਹ ਭਰੇ ਆ ਅੱਛਾ ਇਹ ਕੁਝ ਕਰਨ ਦਾ ਪਤਾ ਨਹੀਂ ਲੱਗ ਸਕਿਆ ਹੁਣ ਤੱਕ ਵੀ ਕਾਰਨ ਕੀ ਹੈ ਇਹਦੇ ਪਿੱਛੇ ਕਾਰਨ ਤਾਂ ਵਿਭਾਗ ਦੀ ਨਲਾਈਕੀ ਹੈ ਜੀ ਹੋਰ ਕੀ ਕਾਰਨ ਹੋ ਸਕਦਾ ਜਦੋਂ ਉਹਨਾਂ ਨੇ ਕਿਉਂਕਿ ਪਹਿਲੇ ਵੀ ਰੋਲਾ ਪਿਆ ਸੀਗਾ ਕਿ ਹਾਂ ਵੀ ਜਿਹੜੇ 20 ਸਰਕਾਰੀ ਤੌਰ ਤੇ ਆਏ ਸੀਗੇ ਉਹਨਾਂ ਵਿੱਚ ਗੜਬੜੀ ਮਿਲੀ ਸੀ ਕਿਹਾ ਜਾਂਦਾ ਸੀ ਕਿ ਵੱਡੇ ਅਧਿਕਾਰੀ ਰਲੇ ਮਲੇ ਹੋਏ ਨੇ ਕਾਰਵਾਈ ਦੀ ਗੱਲ ਵੀ ਆਈ ਸੀਗੀ ਪਰ ਕਿਤੇ ਕਾਰਵਾਈ ਸਹੀ ਨਹੀਂ ਹੋਈ ਤਾਂ ਇਹ ਨਤੀਜਾ ਅੱਜ ਸਾਹਮਣੇ ਆਇਆ ਬਿਲਕੁਲ ਬਿਲਕੁਲ ਜੇ ਉਸੇ ਟਾਈਮ ਕਾਰਵਾਈ ਹੋ ਜਾਂਦੀ ਤੇ ਅੱਜ ਆ ਸਾਨੂੰ ਅੱਖ ਮਿਆ ਜਾਣੀ ਭੁਗਤਣਾ ਸਾਡਾ 2.5 ਤੋਂ 3 ਲੱਖ ਦਾ ਨੁਕਸਾਨ ਨਾ ਹੁੰਦਾ ਜੇ ਉਸੇ ਟਾਈਮ ਇਹਨਾਂ ਅਫਸਰਾਂ ਨੂੰ ਨਕੀਲ ਪਾਈ ਹੁੰਦੀ ਤਾਂ ਇਹ ਨਕਲੀ ਬੀਜ ਲੈਂਦੇ ਅਸਲੀ ਬੀਜ ਕਿਸੇ ਹੋਰ ਪਾਸੇ ਵੇਚ ਦਿੰਦੇ ਆ ਤੇ ਮਾਰਕੀਟ ਦੇ ਵਿੱਚੋਂ ਨਕਲੀ ਬੀ ਲੈ ਕੇ ਜਿਹੜਾ ਨਕਲੀ ਤਾਂ ਨਹੀਂ ਚਲੋ ਆਪਾਂ ਕਹਿ ਸਕਦੇ ਵੀ ਜਿਹੜਾ ਬੀ ਵਿਸ਼ਵਾਸਯੋਗ ਨਹੀਂ ਉਹ ਬੀ ਖਰੀਦ ਕੇ ਆਪਦੇ ਗੱਟਿਆਂ 'ਚ ਭਰ ਕੇ ਵੇਚਿਆ ਜਾ ਰਿਹਾ ਸਾਨੂੰ ਇੱਕ ਸਪਸ਼ਟਤਾ ਵੀ ਮੈਂ ਜਾਨਣਾ ਚਾਹੁੰਗਾ ਕਿਉਂਕਿ ਇਹਨਾਂ ਵਿੱਚ ਸਮਝਣਾ ਵੀ ਔਖਾ ਹੈ ਕਿ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਸਹੀ ਹੈ ਨਾ ਕਿਹੜਾ ਹੈ ਤੁਹਾਨੂੰ ਦਿਖਾ ਸਕਦੇ ਥੋੜਾ ਜਿਹਾ ਹਾਂਜੀ ਆਹ ਝੋਨਾ ਬਿਲਕੁਲ ਸਹੀ ਹੈ ਮੈਂ ਤੁਹਾਨੂੰ ਕੱਟ ਕੇ ਦਿਖਾ ਦਿੰਦਾ ਆਹ ਝੋਨਾ ਸਹੀ ਹੈ ਜੀ ਆਹ ਦੇਖੋ ਆਹ ਵੀ ਸੋਣ ਸਹੀ ਹੈ ਝੋਨਾ ਆਹ ਹਾਂ ਜੀ 5 ਦਿਨਾਂ 5 ਤੋਂ ਹਫਤੇ ਦੇ ਵਿੱਚ ਚਲੋ 5 ਨਹੀਂ ਦਾ ਇੱਕ ਹਫਤੇ ਦੇ ਵਿੱਚ ਝੋਨਾ ਕੱਟਣ ਵਾਲਾ ਇਹ ਬਿਲਕੁਲ ਸਹੀ ਹੈ ਦੂਜਾ ਹੈਗਾ ਉਹ ਵਾਹ ਜੀ ਆ ਦੇਖੋ ਬਿਲਕੁਲ ਤੁਸੀਂ ਆ ਲੰਮੇ ਚ ਉਹ ਦੋਨਾਂ ਦਾ ਕਿ ਤੁਹਾਨੂੰ ਸਾਬਤ ਤੌਰ ਤੇ ਪਤਾ ਲੱਗੂਗਾ ਕਿਹੜਾ ਬੀਜ ਸਹੀ ਹੈ ਤੇ ਕਿਹੜਾ ਬੀ ਗਲਤ ਹੈ ਇੱਕ ਬੀ ਹੋਰ ਹੈ ਜੀ ਉਹ ਪੱਕ ਕੇ ਜ਼ਮੀਨ ਤੇ ਉੱਤੇ ਦਿਗ ਚੁੱਕਿਆ ਜੇ ਤੁਸੀਂ ਕਹੋਗੇ ਤਾਂ ਮੈਂ ਇੱਕ ਦੋ ਬੂਟੇ ਸ਼ਾਇਦ ਥੋੜਾ ਬਹੁਤਾ ਨਾਲ ਹੋਵੇ ਬੂਟਿਆਂ ਦੇ ਉਹ ਵੀ ਸਭ ਤੋਂ ਵੱਡੀ ਗੱਲ ਹੁਣ ਇਹ ਆ ਜਾਂਦੀ ਹੈ ਕਿ ਚਲੋ ਇਸ ਵਾਰ ਤੋਂ ਡਾਇ ਨੁਕਸਾਨ ਹੋ ਗਿਆ ਕਰੀਬ ਕਿੰਨੀ ਫਸਲ ਲਗਾਈ ਤੁਸੀਂ 8 ਏਕੜ ਜੀ 8 ਏਕੜ ਵੀ ਤੁਸੀਂ ਲਗਾਈ ਐ ਤੁਹਾਡਾ ਨੁਕਸਾਨ ਹੋ ਗਿਆ ਐ ਸਵਾਰ ਅੱਗੇ ਤੁਸੀਂ ਹੁਣ ਕੀ ਸੋਚਿਆ ਕਿਉਂਕਿ ਜਿਹੜਾ ਵੀ ਹੁਣ ਥੱਲੇ ਡਿੱਗ ਚੁੱਕਿਆ ਹਾਂਜੀ ਹਾਂਜੀ ਉਹਦਾ ਉਹਦਾ ਕੀ ਬਣੂਗਾ ਕਿਉਂਕਿ ਇਹ ਤੁਸੀਂ ਚਲੋ ਮੰਨ ਲੈਂਦੇ ਜੇ ਕੋਈ ਹੱਲ ਨਹੀਂ ਉਹ ਤੁਸੀਂ ਇਹਨੂੰ ਵੜ ਦੋਗੇ ਕੱਟ ਦੋਗੇ ਇਹਨੂੰ ਹਾਂਜੀ ਉਹਦਾ ਕੀ ਕਰੋਗੇ ਤੁਸੀਂ ਉਹਦਾ ਹੁਣ ਸਾਡੇ ਕੋਲੇ ਕੀ ਐ ਜੀ ਹੁਣ ਜਿਹੜਾ ਜ਼ਮੀਨ ਦੇ ਵਿੱਚ ਡਿੱਗ ਪਿਆ ਦੇਖੋ ਆ ਬੂਟਾ ਬਿਲਕੁਲ ਆ ਵੇਖੋ ਆ ਖਾਲੀ ਹੋ ਚੁੱਕਿਆ ਬੂਟਾ ਆ ਆ ਦੇਖੋ ਨਾ ਬਿਲਕੁਲ ਅੱਧਾ ਅਧੂ ਜਿਆਦੇ ਵੀ ਇਹਦਾ ਜ਼ਮੀਨ ਤੇ ਡਿੱਗ ਚੁੱਕਿਆ ਆ ਦੇਖੋ ਜੀ ਆ ਕੈਮ ਮੈਂ ਦਿਖਾਉਣਾ ਚਾਹੁੰਗਾ ਕੈਮਰੇ ਅੱਗੇ ਜਾ ਕੇ ਆ ਦੇਖੋ ਜੀ ਇਹਦਾ ਵੀ ਬਿਲਕੁਲ ਜ਼ਮੀਨ ਤੇ ਡਿੱਗ ਚੁੱਕਿਆ ਆ ਵੀ ਇਹ ਪੱਕਿਆ ਪਿਆ ਚੋਨਾ ਆ ਦੇਖੋ ਇਹਦਾ ਵੀ ਸਾਰਾ ਜ਼ਮੀਨ ਤੇ ਡਿੱਗ ਚੁੱਕਿਆ ਜੀ ਇਹ ਪਤਾ ਨਹੀਂ ਕਿਹੜੀ ਵੈਰੈਟੀ ਹੈ ਇਹਨੂੰ ਮੰਡੀ ਦੇ ਵਿੱਚ ਕੋਈ ਖਰੀਦਦਾਰ ਨਹੀਂ ਇਸ ਵੈਰੈਟੀ ਦਾ ਇਹ ਤੇ ਨਾ ਇਹ ਆਮ ਝੋਨੇ ਨਾਲੋਂ ਇਹ 10 ਦਿਨ 15 ਦਿਨ ਪਹਿਲਾਂ ਪੱਕਦਾ ਹੈ ਪੱਕ ਕੇ ਜ਼ਮੀਨ ਤੇ ਡਿੱਗ ਚੁੱਕਿਆ ਜੀ ਇਹ ਅਸਰ ਅਸਰ ਕਦੋਂ ਤੱਕ ਲੂਗਾ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਹ ਇਸ ਸਾਲ ਨਾਲੋਂ ਅਗਲੇ ਸਾਲ ਇਸ ਇਸ ਤੋਂ ਵੱਧ ਉੱਗੂਗਾ ਸਾਡੇ ਖੇਤ ਦੇ ਵਿੱਚ ਆਪਣੇ ਆਪ ਹੀ ਜਦੋਂ ਇਹਦਾ ਟਾਈਮ ਆ ਗਿਆ ਇਹ ਨਿਉਗ ਪੈਣਾ ਯਾਨੀ ਕਿ ਤੁਸੀਂ ਜੇਕਰ ਮੰਨ ਲਓ ਇਸ ਵਾਰ ਫਸਲ ਵੀ ਕੱਟਦੇ ਹੋ ਤਾਂ ਵੀ ਇਹਦਾ ਅਸਰ ਆਉਣ ਵਾਲੇ ਕਈ ਫਸਲਾਂ ਤੱਕ ਰਹਿਣਾ ਹੈ ਬਿਲਕੁਲ ਬਿਲਕੁਲ ਜੀ ਆਉਣ ਵਾਲੇ ਕਈ ਸਾਲਾਂ ਤੱਕ ਇਹਦਾ ਸਾਡੇ ਬਾਣ ਦੇ ਵਿੱਚ ਇਹਦੇ ਨੇ ਹੁੰਦਾ ਹੀ ਰਹਿਣਾ ਕਿਉਂਕਿ ਇਹ ਕਿਸੇ ਤਰੀਕੇ ਕੱਟਿਆ ਨਹੀਂ ਜਾਂਦਾ ਪੱਕਣ ਦੇ ਟਾਈਮ ਹੀ ਇਹਦਾ ਪਤਾ ਲੱਗਦਾ ਤੇ ਪੱਕ ਕੇ ਜ਼ਮੀਨ ਤੇ ਡਿੱਗ ਪੈਂਦਾ ਆਪਦਾ ਬੀ ਫਿਰ ਜ਼ਮੀਨ ਦੇ ਵਿੱਚ ਹੀ ਸੈਟ ਦਿੰਦਾ ਅਗਲੇ ਸਾਲ ਫੇਰ ਸਰਵਾਈਵ ਕਰ ਜਾਂਦਾ ਜੀ ਤਾਂ ਬਿਲਕੁਲ ਤਾਂ ਜਿਹੜੇ ਕਿਸਾਨ ਨੇ ਇਥੇ ਉਹਨਾਂ ਨਾਲ ਵੀ ਗੱਲਬਾਤ ਜਰੂਰ ਕਰਾਂਗੇ ਕਿਉਂਕਿ ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਅੰਕਲ ਜੀ ਹੁਣ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੁਸੀਂ ਸਰਕਾਰੀ ਅਧਿਕਾਰੀਆਂ ਨੂੰ ਮਿਲੇ ਹੋ ਕੋਈ ਭਰੋਸਾ ਦਿੱਤਾ ਉਹਨਾਂ ਨੇ ਕਿ ਹਾਂ ਅਸੀਂ ਕਾਰਵਾਈ ਕਰਾਂਗੇ ਜੋ ਦੋਸ਼ੀ ਹੈਗੇ ਆ ਤੁਹਾਡੇ ਦੇ ਪਿੱਛੇ ਹਾਂਜੀ ਇਹ ਜਿਹੜੇ ਆਪਣਾ ਖੇਤੀਬਾੜੀ ਉਹਨਾਂ ਨੇ ਆਇਸ ਰਿਪੋਰਟ ਕਰਤੀ ਵੀ ਤੁਸੀਂ ਬੇਵਾਕਿਆ ਹੀ ਉਹ ਦੋਸ਼ੀ ਹੈ ਫਿਰ ਉਹਨਾਂ ਡਾਕਟਰ ਨੂੰ ਮਿਲਿਆ ਸੀ ਮੈਂ ਡਾਕਟਰ ਨਾਲ ਸਾਡੇ ਕੋਲ ਜੀ ਅਰਜੀ ਨਹੀਂ ਆਇਆ ਅਰਜੀ ਆ ਗਈ ਤੁਸੀਂ ਤੁਹਾਨੂੰ ਤੁਹਾਨੂੰ ਨਾਂ ਦਿਆਂਗੇ ਜ਼ਰੂਰ ਦਿਆਂਗੇ ਤੁਸੀਂ ਅਰਜੀ ਦਿੱਤੀ ਹੈ ਉਹਨਾਂ ਨੂੰ ਹਾਂ ਅਰਜੀ ਦਿੱਤੀ ਹੈ ਚੀਫ ਰੂਤੀਆ ਚੀਫ ਨੇ ਖੇਤੀਬਾੜੀ ਨੂੰ ਕੱਲੀ ਖੇਤੀਬਾੜੀ ਵਾਲੇ ਪਾਉਂ ਕੇ ਫਿਰ ਦੁਬਾਰਾ ਰਿਪੋਰਟ ਕਰਕੇ ਚੀਫ ਨੇ ਫਿਰ ਦੁਬਾਰਾ ਉਹਨਾਂ ਨੂੰ ਭੇਜਤੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਫਸਲ ਤੁਹਾਨੂੰ ਦਿਖਾਈ ਦੇਵੇਗੀ ਕਿ ਕਿਸ ਤਰੀਕੇ ਦਾ ਇੱਥੇ ਮਾਹੌਲ ਹੈਗਾ ਕਿਉਂਕਿ ਫਸਲ ਜ਼ਗਾਤਾਰ ਜੋ ਹੈ ਇਸੋ ਦੀ ਗੱਲ ਕਰੀ ਤਾਂ ਤਿੰਨ ਤਿੰਨ ਤਰੀਕੇ ਦੇ ਤਿਆਰਚਾਰ ਤਰੀਕੇ ਦੇ ਬੀ ਐਨਾਂ ਵਿੱਚ ਪੈਦਾ ਹੋ ਚੁੱਕੇ ਨੇ ਤਾਂ ਸਿੱਧੇ ਉੱਤੇ ਫਸਲ ਜਿਹੜੀ ਹੈ ਉਹ ਖਰਾਬ ਹੋ ਰਹੀ ਹੈ ਤਾਂ ਤੁਸੀਂ ਇੱਕ ਆਹ ਵੇਖ ਸਕਦੇ ਹੋ ਇਹ ਉਹ ਥੈਲਾ ਹੈਗਾ ਜਿਸ ਵਿੱਚ ਕੀ ਇਹ ਬੀ ਲੈ ਕੇ ਆਏ ਸੀਗੇ ਪੀਏ ਲੁਧਿਆਣਾ ਦਾ ਇਸ ਦੇ ਉੱਤੇ ਮਾਰਕਾ ਲੱਗਿਆ ਹੋਇਆ ਇਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਇਹ ਬੀ ਐਨਾਂ ਨੇ ਸਰਕਾਰੀ ਤੌਰ ਤੇ ਖਰੀਦਿਆ ਸੀਗਾ ਪਰ ਅਸਲ ਹਾਲਾਤ ਜੋ ਹੋਏ ਨੇ ਕਿਸਾਨ ਦੇ ਤੁਹਾਡੇ ਸਾਹਮਣੇ ਨੇ 8 ਏਕੜ ਦੇ ਕਰੀਬ ਜੋ ਫਸਲ ਹੈ ਉਹ ਇਸ ਵਿੱਚ ਬੀਜੀ ਗਈ ਹੈ ਜਿਸ ਦਾ ਕੇ ਨੁਕਸਾਨ ਇਹਨਾਂ ਕਿਸਾਨਾਂ ਨੂੰ ਚਲਣਾ ਪੈ ਰਿਹਾ ਹੈ ਫਿਲਹਾਲ ਦੀ ਗੱਲ ਕਰੀਏ ਤਾਂ ਦੱਸਿਆ ਜਾਂਦਾ ਕਿ ਪੱਗਿਆ ਅਧਿਕਾਰੀ ਇੱਥੇ ਪਹੁੰਚੇ ਸੀਗੇ ਅਤੇ ਕਾਰਵਾਈ ਦੀ ਗੱਲ ਕਰੀਏ ਤਾਂ ਕਾਰਵਾਈ ਹੋਣ ਤੱਕ ਕੋਈ ਨਾ ਦੇ ਬਰਾਬਰ ਕੀਤੀ ਗਈ ਕਿਉਂਕਿ ਇਹਨਾਂ ਨੂੰ ਨਹੀਂ ਪਤਾ ਕਿ ਉਹ ਕਾਰਵਾਈ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਹੁਣ ਤਾਂ ਇਹਦੀ ਗੱਲ ਕਰੀਏ ਤਾਂ ਲਗਾਤਾਰ ਮੰਗ ਜਰੂਰ ਕੀਤੀ ਜਾਂਦੀ ਰਹੀ ਹੈ ਕਿ ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਪਹਿਲੇ ਵੀ ਕਈ ਸਕੈਂਡਲ ਹੋਏ ਨੇ ਜਿਨ੍ਹਾਂ ਵਿੱਚ ਕੀ ਮਾੜੀ ਕਿਸਾਨ ਦੇ ਬੀ ਬਣਾਏ ਜਾਣ ਦੇ ਪੁਸ਼ਟੀ ਹੋਈ ਸੀ ਕਿ ਜੇਕਰ ਸਰਕਾਰਾਂ ਉਸ ਵਕਤ ਤੇ ਸਹੀ ਕਾਰਵਾਈ ਕਰਦੀ ਦੋਸ਼ੀ ਅਧਿਕਾਰੀਆਂ ਤੇ ਕਾਰਵਾਈ ਕਰਦੀ ਤਾਂ ਅੱਜ ਇੰਨਾ ਕਿਸਾਨਾਂ ਨੂੰ ਵੀ ਇਹ ਦਿਨ ਨਾ ਦੇਖਣਾ ਪੈਂਦਾ ਫਿਲਹਾਲ ਦੀ ਗੱਲ ਕਰੀਏ ਤਾਂ ਜੋ ਸਰਕਾਰੀ ਅਧਿਕਾਰੀ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਜਾਂਚ ਪੜਤਾਲ ਕਰਨ ਦੀ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਇਸ ਪੂਰੇ ਮਾਮਲੇ ਤੇ ਕੀ ਕੁਝ ਕਹਿਣਾ ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਅਸੀਂ ਜੀ ਖੇਤੀਬਾੜੀ ਵਿਗਿਆਨ ਕੇਂਦਰ ਵਿੱਚ ਪੁੱਛੇ ਹੋਏ ਹਾਂ ਅਫਸਰ ਸਾਹਿਬ ਸੈਟ ਮੌਜੂਦ ਨੇ ਸਰ ਬੇਗੂਵਾਲਾ ਦਾ ਇੱਕ ਮਾਮਲਾ ਬੜਾ ਚਰਚਿਤ ਹੋ ਰਿਹਾ ਹੈ ਕਿ ਕਿਸੇ ਕਿਸਾਨ ਨੇ ਬੀ ਲਿਆ ਸੀ ਇਥੋਂ ਸਰਕਾਰੀ ਤੌਰ ਤੇ ਪੁਰਾਣੇ ਜੁੜੇ ਹੋਏ ਥੋਡੇ ਨਾਲ ਇਸ ਵਾਰ ਉਹਨਾਂ ਨੂੰ ਕਾਫੀ ਸਮੱਸਿਆ ਸਾਹਮਣਾ ਕਰਨਾ ਪੈ ਰਿਹਾ ਦੇਖੋ ਜੀ ਹਮਾਰੇ ਸਾਡੇ ਸਾਹਮਣੇ ਵੀ ਪਹਿਲੀ ਵਾਰੀ ਇਹ ਚੀਜ਼ ਆਈ ਹੈ આજ ਤੋ ਪਹਿਲਾਂ ਕਦੇ ਇਸ ਤਰ੍ਹਾਂ ਦੀ ਰਿਪੋਰਟਿੰਗ ਆਈ ਨਹੀਂ ਸਾਡੇ ਕੇ ਵੀ ਕਿਤੇ ਇਸ ਵਾਰੀ ਵੀ ਮਤਲਬ ਆਪਾਂ 300 ਤੁਹਾਨੂੰ ਮੈਂ ਕਹਿ ਰਿਹਾ 300 ਕੁਇੰਟਲ ਦੇ ਕਰੀਬ ਇਹ ਸੇਲ ਕੀਤਾ ਸੀ ਈਪੀਆਰ 114 ਦਾ ਤੋਂ ਇਹ ਸਾਡੇ ਕੋਲੇ 3-4 ਮਾਮਲੇ ਜਰੂਰ ਆਏ ਜਿਦੇ ਵਿੱਚ ਵਾਈਲਡ ਪਲਾਂਟਸ ਨਿਕਲ ਰਹੇ ਆ ਝੋਨੇ ਦੇ ਵਿੱਚ ਇਹ ਸੀਡ ਦੇ ਵਿੱਚ ਮਿਕਸਿੰਗ ਨਹੀਂ ਜੇ ਮਿਕਸਿੰਗ ਹੁੰਦੀ ਤਾਂ 300 300 ਕੁੰਟਲ ਸੀਡ ਤੇ ਮਿਕਸਿੰਗ ਹੋਣੀ ਸੀਗੀ ਕਹਦੇ ਕਿ ਤਿੰਨ ਚਾਰ ਤਰੀਕੇ ਦੇ ਜਿਹੋ ਨੇ ਫਾਇਦਾ ਹੋ ਰਹੇ ਨੇ ਵਾਈਲਡ ਪਲੈਂਟ ਤਾਂ ਮੰਨ ਲੈ ਉਹ ਕਹਦੇ ਵੀ ਇੱਕ ਤਰੀਕੇ ਦਾ ਜਿਹੜਾ ਲੰਬਾ ਉਗ ਰਿਹਾ ਕਹਿੰਦੇ ਉਸ ਤੋਂ ਪਹਿਲੇ ਵੀ ਕੁਝ ਹੋਇਆ ਜਿਹੜਾ ਕਿ ਨੀਚੇ ਵਿਖਰ ਚੁੱਕਿਆ ਕਾਫੀ ਸਾਲ ਤੱਕ ਅਸਰ ਰਹਿਣਾ ਉਹ وہی ਚੀਜ਼ ਹੈ ਉਸ ਵਿੱਚ ਜਿਹੜੇ ਜਦੋਂ ਚੋਨੇ ਦੇ ਬੀਜ ਡਿੱਗਦੇ ਰਹਿੰਦੇ ਆ ਚੱਲਦੇ ਰਹਿੰਦੇ ਇਹਨਾਂ ਦੀ ਗ੍ਰੋਥ ਕੋਈ ਆਪਾਂ ਸਿਸਟਮੈਟਿਕ ਤਰੀਕੇ ਨਾਲ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ ਕੋਈ ਉਹ ਪ੍ਰੋਪਰ ਮੈਥਡ ਨਹੀਂ ਉਹਨਾਂ ਦਾ ਗ੍ਰਾਊਂਡ ਦਾ ਇਹ ਕਰਨਾ ਵਾਈਲਡ ਬ ਕੁਝ ਵੱਧ ਸਕਦਾ ਹੈ ਜੇ ਉਹਨੂੰ ਖਾਦ ਪਾਣੀ ਸਹੀ ਟਾਈਮ ਤੇ ਮਿਲੇ ਉਹ ਵੱਧ ਗਿਆ ਜਿਸ ਨੂੰ ਜਿਹੜਾ ਮੰਨ ਲਿਆ ਜੇ ਉਗਰਿਆ ਉਸ ਨੂੰ ਖਾਦ ਪਾਣੀ ਸਹੀ ਟਾਈਮ ਨਹੀਂ ਉਹ ਛੋਟਾ ਰਹਿ ਗਿਆ ਇਹ ਉੱਚਾ ਨਹੀਂ ਹੋ ਜਾਂਦਾ ਜਿਹੜਾ ਜਿਹੜਾ ਝੋਨੇ ਜਾਂ ਵਾਈਲਡ ਪਲਾਂਟ ਸਾਰੇ ਇਹ ਪ੍ਰੋਬਲਮ ਆਉਣ ਵਾਲੇ ਟਾਈਮ ਤੇ ਵੱਧ ਨਹੀਂ ਤੇ ਇਸ ਲਈ ਯੂਨੀਵਰਸਿਟੀ ਨੂੰ ਪਹਿਲੇ ਪਿਛਲੇ ਸਾਲ ਵੀ ਮਤਲਬ ਸ਼ੁਰੂਆਤੀ ਸੀਗੇ ਇੱਕ ਦੋ ਕਿਸਾਨ ਸੀਗੇ ਜਿਹੜੇ ਮਤਲਬ ਆਪਣੇ ਜਿਹੜੇ ਸਿੱਧੀ ਬਿਜਾਈ ਜ਼ਿਆਦਾ ਕਰਦੇ ਉਹਨਾਂ ਦੇ ਖੇਤ ਚ ਜ਼ਿਆਦਾ ਪ੍ਰੋਬਲਮ ਆਈ ਸੀਗੀ ਕਿ ਬਈ ਉੱਚੇ ਨਹੀਂ ਬੂਟੇ ਨਿਕਲਨੇ ਤਾਂ ਉਹ ਜਿਹੜਾ ਖੋਜ ਕਰਕੇ ਦੇਖਿਆ ਗਿਆ ਪਤਾ ਕੀਤਾ ਗਿਆ ਫਾਈਂਡ ਆਊਟ ਕੀਤਾ ਉਹ ਵਾਈਲਡ ਪਲਾਂਟ ਝ ਤੋਂ ਉਹਨਾਂ ਦੇ ਲਈ ਕਾਰਵਾਈ ਚੱਲ ਰਹੀ ਹੈ ਖੋਜ ਵੀ ਚੱਲ ਰਹੀ ਹੈ ਉਹਨਾਂ ਨੂੰ ਦੱਸਿਆ ਵੀ ਗਿਆ ਵੀ ਇਹਦਾ ਸਮਾਧਾਨ ਕਿਵੇਂ ਹੋ ਸਕਦਾ ਹੈ ਕਿ ਜਿਹਦਾ ਚੋਨੇ ਜੇ ਜੇ ਤੁਸੀਂ ਲਾਣਾ ਹੈ ਤਾਂ ਉੱਥੇ ਤੁਸੀਂ ਚੋਨੇ ਦੇ ਖੇਤ ਨੂੰ ਵੀ ਰੋਣੀ ਕਰਕੇ ਉਸ ਨੂੰ ਜਦੋਂ ਰੋਹਤਰ ਆਏ ਤਾਂ ਉਸ ਨੂੰ ਵਾਹਤ ਹੋ ਜਦੋਂ ਉਹ ਉਗ ਜਾਏ ਤਾਂ ਉਸ ਤਰ੍ਹਾਂ ਹੈ ਕਿ ਜਿਹੜਾ ਉੱਗਣਗੇ ਬੂਟੇ ਉਹ ਮਰ ਜਾਣਗੇ ਫਿਰ ਤੁਹਾਡਾ ਖੇਤ ਉਸ ਚੀਜ਼ ਤੋਂ ਨਿਜਾਤ ਪਾ ਸਕਦਾ ਸਰ ਜ਼ਿੰਮੇਵਾਰ ਕੌਣ ਹੈ ਇਸ ਚੀਜ਼ ਦਾ ਕਿਉਂਕਿ ਜ਼ਿੰਮੇਵਾਰ ਤਾਂ ਬੰਦੇ ਨੇ ਕਿਸੇ ਨਾ ਕਿਸੇ ਦੀ ਅਬ ਜ਼ਿੰਮੇਦਾਰੀ ਤੋਂ ਸਰ ਜੇ ਆਪਾਂ ਕਹਾਂ ਕਿ ਬਈ ਬੀਜ ਦੇ ਵਿੱਚ ਹੀ ਹੈ ਤੇ ਫਿਰ ਤੋਂ ਤੁਸੀਂ ਕਹੋਗੇ ਵੀ ਸਾਡੇ ਕਿਸਾਨ ਵੀ ਕਹੋਗੇ ਵੀ ਸਾਡੀ ਜ਼ਿੰਮੇਵਾਰੀ ਹੈ ਜਿਹੜਾ ਆਪਾਂ ਕਹਿ ਰਹੇ ਕਿ ਉਹ ਬੀਜ ਦੇ ਵਿੱਚ ਜੇ ਮਿਕਸਿੰਗ ਹੁੰਦਾ ਬਾਰ-ਬਾਰ ਸਾਡੀ ਮਤਲਬ ਪਲੀ ਹੀ ਜਾ ਰਹੀ ਆਪਣੇ ਪਲੀ ਦਾ ਸੈਂਸ ਕੀ ਆਪਣੀ ਜਸਟੀਫਿਕੇਸ਼ਨ ਜਿਸ ਨੂੰ ਕਹਦੇ ਬਈ ਇਹ ਜੇ ਆਪਾਂ ਨੇ ਆਪਣੀ ਮਿਕਸਿੰਗ ਹੁੰਦੀ ਤੇ ਸਾਡੇ ਕੋਲੇ 300 300 ਕੁੰਟਲ ਬੰਦੇ ਆ ਜਾਂਦੇ ਚਾਰ-ਪੰਜ ਬੰਦੇ ਸਾਡੇ ਕੋਲੇ ਆਏ ਆ ਜੀ ਜਿਹੜੀ ਵਾਈਲਡ ਪਲਾਨ ਗਰੋ ਕਰਨ ਦੀ ਪ੍ਰੋਬਲਮ ਜਿਹੜੀ ਕਿਉਂਕਿ ਕੋਈ ਚੀਜ਼ ਵੀ ਨਵੀਂ ਜਦੋਂ ਤਕਨੀਕ ਲੈ ਕੇ ਜਾਂਦੇ ਹਾਂ ਤਾਂ ਕੁਝ ਕਰਦੇ ਆ ਤਾਂ ਕੁਝ ਨਾ ਕੁਝ ਵੱਧ ਜਾਂਦੀ ਹੈ ਕੁਝ ਨਵੀਂ-ਨਵੀਂ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਜਿਵੇਂ ਐਪੀਸੀਡਰ ਜਦੋਂ ਲੈ ਕੇ ਆਏ ਸੀਗੇ ਬਹੁਤ ਵਧੀਆ ਤਕਨੀਕਾਂ ਕਣਕ ਨੂੰ ਬੀਜਦੇ ਆ ਪਰ ਐਪੀਸੀਡਰ ਦੇ ਉੱਪਰ ਤੁਸੀਂ ਦੇਖਿਆ ਹੋਣਾ ਪਿਛਲੇ 3-4 ਸਾਲ ਤੋਂ ਕਹਿੰਦੇ ਗੁਲਾਬੀ ਸੁੰਢੀ ਦਾ ਅਮਲਾ ਹੋ ਜਾਂਦਾ ਉਹਦਾ ਵੀ ਕਾਰਨ ਕਿਸਾਨਾਂ ਨੂੰ ਦੱਸਿਆ ਵੀ ਇਹਦਾ ਕਾਰਨ ਇਹ ਹੁੰਦਾ ਜੇ ਤੁਸੀਂ ਝੋਨਾ ਵੜਦਿਓ ਤਾਂ ਉਹ ਜਿਹੜੇ ਕੁਝ ਚੀਜ਼ ਖੇਤਾਂ ਦੇ ਵਿੱਚ ਜਿੱਥੇ ਕਿਉਂਕਿ ਸਾਰੇ ਤੇ ਖੇਤਾਂ ਤੇ ਨਹੀਂ ਆਂਦੀ ਗੁਲਾਬੀ ਸੁੰਡੀ ਜੀ ਕਹਿੰਦੇ ਸਾਰੇ ਆ ਗਈ ਕੁਝ ਖੇਤਾਂ ਤੇ ਆਂਦੀ ਜਿੱਥੇ ਕੀ ਜਦੋਂ ਚੋਨਾ ਵੜਦੇ ਉਹ ਬਿਮਾਰੀ ਜੇ ਥੱਲੇ ਲੱਗੀ ਰਹਿ ਜਾਂਦੀ ਹੈ ਜਿਹੜੀ ਰਹਿ ਗਈ ਕਿਡਾ ਨੂੰ ਜਾਂ ਜੀਵਾ ਨੂੰ ਬਸ ਕਿਸੇ ਨੇ ਸਪਰੇ ਚੰਗੀ ਕਰਤੀ ਉਹਦੇ ਮਰ ਗਏ ਜਿਹੜੇ ਨਹੀਂ ਕੀਤੇ ਉਹਨਾਂ ਦੇ ਰਹਿ ਗਏ ਤੋ ਉਹ ਸੁੰਡੀ ਨੂੰ ਜਦੋਂ ਪੱਕਣ ਕੇ ਬੀਜ ਦਾ ਉਹਨੂੰ ਬਈ ਵਾਤਾਵਰਣ ਮਿਲ ਜਾਂਦਾ ਖਾਣਪੀਣ ਨੂੰ ਮਿਲ ਜਾਂਦਾ ਉਹ ਗੁਲਾਬੀ ਸੁੰਡੀ ਦੁਬਾਰਾ ਬਣ ਜਾਂਦੀ ਜੇ ਇਸ ਤਰ੍ਹਾਂ ਦੇ ਹੈਪੀ ਸੀਡਰ ਦੇ ਵਿੱਚ ਉਹ ਵੀ ਗੁਲਾਬੀ ਸੁੰਡੀ ਦਾ ਹਮਲਾ ਹੋਣਾ ਤੋ ਸਾਰੇ ਕੇ ਸਾਰੇ ਹੀ ਖੇਤਾਂ ਤੇ ਆ ਜਾ ਤੁਸੀਂ ਦੇਖਦੇ ਹੋ ਵੀ ਜੇ ਆਪਾਂ 100 ਏਕੜ ਤੇ ਲਾਈਏ ਤੋ ਕਿਤੇ 4-5 10 ਏਕੜ ਤੇ ਉਹ ਆ ਜਾਂਦੀ ਹੈ ਉਹ ਨਹੀਂ ਖੇਤਾਂ ਤੇ ਹੁੰਦੀ ਜਿੱਥੇ ਆਪਾਂ ਕੰਟਰੋਲ ਨਹੀਂ ਕਰਦੇ ਤੇ ਇਹ ਜਿਹੜਾ ਵਾਈਲਡ ਪਲਾਂਟ ਦਾ ਹੈਗਾ ਇਹ ਵੀ ਹੋ ਸਕਦਾ ਜਦੋਂ ਆਪਾਂ ਕਿਸੇ ਖੇਤਾਂ ਦੇ ਤੋਂ ਝੋਨਾ ਵੜ ਰਹੇ ਆ ਮਗਰਲੇ ਸਾਲਾਂ ਤੋਂ ਕਰ ਰਹੇ ਆ ਨਹੀਂ ਉੱਗਿਆ ਉਸ ਟਾਈਮ ਤੇ ਉਸ ਨੂੰ ਐਸਾ এনਵਾਇਰਨਮੈਂ ਉਹਨਾਂ ਦਾ ਯਕੀਨ ਸੀਗਾ ਬਹੁਤ ਜ਼ਬਰਦਸਤ ਕਿ ਅਸੀਂ ਸਰਕਾਰੀ ਤੌਰ ਤੇ ਖਰੀਦੇ ਆ ਜੀ ਸਾਡੇ ਕੋਲੇ ਆਪਾਂ ਜੇ ਤੁਹਾਨੂੰ ਦਿਖਾ ਦੇਵੇਂ ਸਾਡੇ ਕੋਲੇ ਕੋਈ ਮਿਕਸਿੰਗ ਕੁਝ ਇਸ ਤਰੀਕਾ ਹੁੰਦਾ ਹੀ ਨਹੀਂ ਬੀਜ ਵੀ ਆਪਾਂ ਵੱਖੋ ਵੱਖੀ ਸਾਰੇ ਰੱਖਦੇ ਆ ਕੋਈ ਇਸ ਤਰੀਕਾ ਸਿਸਟਮ ਹੀ ਨਹੀਂ ਇਹ ਤਾਂ ਆਪਾਂ ਜੋ ਆਪਾਂ ਕਹਿੰਦੇ ਪ੍ਰਾਈਵੇਟ ਮੈਨੂਫੈਕਚਰਿੰਗ ਜਾਂ ਕਹਿੰਦੇ ਪ੍ਰੋਫਿਟ ਮੇਕਿੰਗ ਇਸ ਸੰਸਥਾਨ ਤੋਂ ਹੈ ਨਹੀਂ ਜਿੰਨਾ ਖਰਚਾ ਆਉਂਦਾ ਉਸ ਤੋਂ ਘੱਟ ਹੀ ਕਿਸਾਨਾਂ ਨੂੰ ਦੇ ਦਿੰਦੇ ਮਹਾਇਆ ਕਰਦੇ ਆ ਖਾਮਿਆਜਾ ਦਾ ਸਰ ਕੋਈ ਨਾ ਕਿਹਦੇ ਹੁਣ ਕਿਸਾਨ ਹੀ ਭੁਗਤੂਗਾ ਨਾ ਦੇਖੋ ਖਾਮਿਆਜਾ ਦੀ ਗੱਲ ਜਿਵੇਂ ਚੀਫ ਸਾਹਿਬ ਨੇ ਵੀ ਕੰਪਲੇਂਟ ਕੀਤੀ ਹੈ ਰਿਪੋਰਟ ਮਤਲਬ ਨਹੀਂ ਰਿਪੋਰਟ ਬਣਾਈ ਹੈ ਉਸ ਵਿੱਚ ਉਹਨਾਂ ਨੇ ਵੀ ਆਖਿਆ ਕਿ ਵੀ ਜਿਹੜੀ ਵੀ ਚੀਜ਼ ਹੋਊਗੀ ਵੀ ਜਿੰਨਾ ਇਹਨਾਂ ਨੇ ਦੇਖਿਆ ਜਾਊਗਾ ਵੀ ਕਿਤਨਾ ਨੁਕਸਾਨ ਹੁੰਦਾ ਹੈ ਤਾਂ ਆਪਾਂ ਉਹ ਉਹਨਾਂ ਨੇ ਵੀ ਇਹੀ ਕਿਹਾ ਕਿ ਵੀ ਜਿੰਨਾ ਨੁਕਸਾਨ ਬਣਦਾ ਹੋਗਾ ਉਸ ਦਾ ਦੇਖਿਆ ਜਾਊਗਾ ਉਸ ਦਾ ਖਾਮੇ ਕੱਢਿਆ ਜਾਊਗਾ ਵੀ ਕਿਤਨਾ ਇਹਨਾਂ ਨੂੰ ਬਰਪਾਈ ਆਪਾਂ ਕਰਨੀ ਹੈ ਤਾਂ ਉਹ ਰਿਪੋਰਟ ਉਹਨਾਂ ਨੇ ਸਾਡੇ ਜਿਹੜੇ ਯੂਨੀਵਰਸਿਟੀ ਦੇ ਅਥਾਰਟੀਜ਼ ਨੇ ਉਹਨਾਂ ਨੂੰ ਘਲਤੀ ਹੈਗੀ ਹੈ ਹੁਣ ਜਿਸ ਤਰ੍ਹਾਂ ਵੀ ਹੁਕਮ ਉਹ ਸਾਨੂੰ ਕਰਨਗੇ ਉਹ ਕਿਸਾਨ ਦਾ ਮਤਲਬ ਆਪਾਂ ਕਹਿਣ ਦਾ ਮਤਲਬ ਹੈ ਕਿ ਕਿਸਾਨ ਦਾ ਨੁਕਸਾਨ ਨਹੀਂ ਹੋਣ ਦੇਣਾ। ਯਾਨੀ ਕਿ ਕੋਸ਼ਿਸ਼ ਕੀਤੀ ਜਾਊਗੀ ਕਿ ਉਸ ਦਾ ਜਿਹੜਾ ਲੋਸ ਦਾ ਘੱਟੋ-ਘੱਟ ਹੋਵੇ। ਕਿਉਂਕਿ ਉਹਨੂੰ ਸਭ ਤੋਂ ਵੱਡੀ ਖੋਜ ਚਿੰਤਾ ਸਭ ਤੋਂ ਇਹ ਸਤਰੀ ਇਹਦਾ ਕਹਿੰਦਾ ਕਿ ਮੰਡੀ ਜਾਂਦੇ ਆ ਸੀ ਉੱਥੇ ਤਾਂ ਪਹਿਲੇ ਹੀ ਜੋ ਉਹਨਾਂ ਜਿਹੜਾ ਸਹੀ ਹੁੰਦਾ ਉਹ ਹੀ ਉਹ ਤੋਂ ਘਾ ਵੇਚਦਾ। ਇਸ ਦੌਰਾਨ ਤਾਂ ਬਹੁਤ ਜ਼ਿਆਦਾ ਉਹਨਾਂ ਨੂੰ ਸੱਸਿਆ ਹੋ ਗਈ। ਬਿਲਕੁਲ ਕਿਸਾਨ ਦੀ ਗੱਲ ਬਿਲਕੁਲ ਜਾਇਜ਼ ਹੈ ਕਿਉਂਕਿ ਅੱਜਕੱਲ ਜਿਹੜੀ ਸਖਤਾਈ ਬਹੁਤ ਜ਼ਿਆਦਾ ਹੋ ਗਈ ਹੈ ਉਹ ਵੀ ਜਿਹੜਾ ਅੱਗੇ ਵੀ ਸਮਾਨ ਜਾਣਾ ਉਹਨਾਂ ਦੇ ਉੱਪਰ ਵੀ ਜ਼ਿੰਮੇਵਾਰੀ ਵੀ ਤੁਸੀਂ ਗਲਤੀ 'ਚ ਨਹੀਂ ਖਰੀਦਨੀ। ਤੋ ਉਹ ਚੀਜ਼ ਸਾਰੀ ਐਨਲਾਈਜ਼ ਹੋਊਗੀ ਕਿਉਂਕਿ ਉੱਥੇ ਵੀ ਜਦੋਂ ਖਰੀਦਾਂਗੇ ਉੱਥੇ ਬੰਦੇ ਹੋਣਗੇ ਜਿਆਦਾ ਹੋ ਸਕਦਾ ਹੈ ਕਿ ਉਹ ਸਾਨੂੰ ਡਿਪਿਊਟੀ ਹੈ ਜਿਹੜਾ ਚੀਫ ਦੀ ਚੀਫ ਸਾਫ ਦੇ ਕੋਲ ਜਦੋਂ ਉਹਨਾਂ ਦਾ ਚੋਣਾ ਮੰਡੀ ਚਾਹੇ ਵੀ ਉਹਨਾਂ ਦਾ ਡਿਪਿਊਟ ਕਰਕੇ ਦੇਖਿਆ ਜਾਵੇ ਕਿਤਨਾ ਜਾੜ ਨਿਕਲਾ ਕੀ ਰੇਟ ਲੱਗਦਾ ਉਹ ਕਿਤਨਾ ਉਹ ਆਨਵਲ ਟਾਈਮ ਤੇ ਪਤਾ ਲੱਗ ਜੂਵੇ ਕਿਤਨਾ ਕੀ ਹੈ ਯਾ ਯੂਨੀਵਰਸਿਟੀ ਸਾਨੂੰ ਕੀ ਕਹਿੰਦੀ ਵੀ ਇਹਨਾਂ ਦਾ ਕਿਸ ਤਰੀਕੇ ਨਾਲ ਇਹਨਾਂ ਨੂੰ ਉਹ ਕਰੋ ਵੀ ਕੀ ਇਹਨਾਂ ਦਾ ਕੀ ਨੁਕਸਾਨ ਹੋਇਆ ਹੈ ਕਿ ਇਸ ਨੂੰ ਕਿਸ ਤਰੀਕੇ ਨਾਲ ਟੈਕਲ ਕਰਨਾ ਹੈ ਕਿਆ ਨਹੀਂ ਪ੍ਰੋਬਲਮ ਹੈ ਉਹਨੂੰ ਸੌਲਟ ਆਊਟ ਸੌਲਟ ਆਊਟ ਕਰੋ ਉਹ ਜਦੋਂ ਸਾਡੇ ਕੋਲੇ ਆ ਪੂਰਾ ਕਰਾਂਗੇ ਤਾਂ ਕਿਸਾਨ ਦਾ ਨੁਕਸਾਨ ਨਹੀਂ ਹੋਣਾ ਕਿਸਾਨ ਹੈ ਤਾਂ ਆਪਾਂ ਹੈ थैंक यू वेरी मच ਤਾਂ ਬਿਲਕੁਲ ਤਾਂ ਅਫਸਰ ਸਾਹਿਬਾਨ ਸਾਡੇ ਨਾਲ ਮੌਜੂਦ ਸਗੇ ਸਿੱਧੇ ਤੌਰ ਤੇ ਆਸ਼ਵਾਸਨ ਦਿੱਤਾ ਹੈ ਕਿ ਕਿਸਾਨ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਫਿਲਹਾਲ ਦੀ ਗੱਲ ਕਰੀ ਤਾਂ ਇਸ ਤੇ ਦੱਸਿਆ ਜਾ ਰਿਹਾ ਹੈ ਕਿ ਟੀਮਾਂ ਬਣਾ ਕੇ ਜੋ ਨੇ ਸੈਂਪਲ ਲਏ ਗਏ ਨੇ ਸੈਂਪਲ ਜੋ ਨੇ ਉਹ ਭੇਜੇ ਗਏ ਨੇ ਫਿਲਹਾਲ ਦੀ ਗੱਲ ਕਰੀਏ ਤਾਂ ਜਾਂਚ ਦਾ ਵਿਸ਼ਾ ਜਾਰੂ ਰਨ ਜੇਕਰ ਨਿਕਲ ਕੇ ਸਾਹਮਣੇ ਆਂਦਾ ਹੈ ਕਿ ਕਿਸਾਨ ਦਾ ਕਿੰਨੇ ਪਰਸੈਂਟ ਨੁਕਸਾਨ ਹੋਣਾ ਹੈ ਉਸ ਦੀ ਪਰਪਾਈ ਕਰਨ ਲਈ ਵੀ ਡਿਪਾਰਟਮੈਂਟ ਤਿਆਰ ਹੈ ਫਿਲਹਾਲ ਵੇਖਦੇ ਆ ਕਿ ਜੋ ਰਿਪੋਰਟ ਆਣੀ ਹੈ ਉਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਵੇ

ਜਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕਮ ਦੀ ਗਾਰੰਟੀ ਜੇ ਕਹਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕ ਹੀ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰੋਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਰੁਸੇ ਨੂੰ ਮਣਾਓ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 9819937460